ਮਹਿਜ਼ 9000 ਦੀ ਲੁੱਟ ਨੂੰ ਅੰਜਾਮ ਦੇ ਕੇ ਤਿੰਨ ਮੋਟਰਸਾਈਕਲ ਸਵਾਰ ਫਾਇਰਿੰਗ ਕਰਦੇ ਹੋਏ ਹੋਏ ਫਰਾਰ। ਇੱਕ ਨੌਜਵਾਨ ਜ਼ਖਮੀ। ਫਰਾਰ ਹੁੰਦੇ ਹੋਏ ਸੀਸੀਟੀਵੀ ਕੈਮਰਾ 'ਚ ਹੋਏ ਕੈਦ। ਬਟਾਲਾ ਦੇ ਪਿੰਡ ਠੱਕਰ ਸੰਧੂ ਵਿਖੇ ਮਹਿਜ਼ 9000 ਦੀ ਲੁੱਟ ਕਰ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਇੱਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੇ ਫਾਇਰਿੰਗ ਕਰਕੇ ਹੋਏ ਫਰਾਰ। ਫਾਈਨਾਂਸ ਕੰਪਨੀ ਮੁਲਾਜ਼ਮ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ 'ਚ ਇਲਾਜ ਲਈ ਹੋਇਆ ਦਾਖਲ। ਪੈਰ ਤੇ ਲੱਗੀ ਗੋਲੀ। ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੁੰਦੇ ਹੋਏ ਤਿੰਨੇ ਨੌਜਵਾਨਾਂ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ। ਉੱਥੇ ਹੀ ਇਸ ਵਾਰਦਾਤ 'ਚ ਜ਼ਖਮੀ ਹੋਏ ਨੌਜਵਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਇੱਕ ਡੈਲੀ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਮੋਟਰਸਾਈਕਲ ਦੇ ਵੱਖ ਵੱਖ ਪਿੰਡਾਂ ਤੋਂ ਪੇਮੈਂਟ ਇਕੱਠੀ ਕਰ ਵਾਪਸ ਆ ਰਿਹਾ ਸੀ। ਅਚਾਨਕ ਉਸ ਨੂੰ ਪਿੰਡ ਠੱਕਰ ਸੰਧੂ ਨੇੜੇ ਪਲਟੀਨਾ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਨੇ ਰੋਕਿਆ ਤੇ ਪਿਸਤੌਲ ਦੀ ਨੋਕ ਤੇ ਉਸ ਕੋਲ ਜੋ ਨਕਦੀ ਸੀ ਕਰੀਬ 9000 ਉਹ ਲੁੱਟ ਕੇ ਫਰਾਰ ਹੋ ਗਏ ਅਤੇ ਉਸਦੇ ਸਿੱਟ ਤੇ ਸੱਟ ਮਾਰੀ ਤੇ ਪੈਰ ਤੇ ਗੋਲੀ ਵੀ ਮਾਰ ਦਿੱਤੀ। ਉੱਥੇ ਹੀ ਫਾਈਨਾਂਸ ਕੰਪਨੀ ਦੇ ਮਾਲਕ ਦਲਵੀਰ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਜਦ ਫੋਨ ਆਇਆ ਤਾਂ ਉਹ ਮੌਕੇ ਤੇ ਪਹੁੰਚੇ। ਗੁਰਦੇਵ ਸਿੰਘ ਜ਼ਖਮੀ ਹਾਲਤ 'ਚ ਸੀ ਅਤੇ ਉਸ ਨੂੰ ਸਿਵਲ ਹਸਪਤਾਲ ਬਟਾਲਾ 'ਚ ਇਲਾਜ ਲਈ ਲਿਆਂਦਾ ਗਿਆ ਹੈ ਅਤੇ ਇਸ ਮਾਮਲੇ 'ਚ ਪੁਲਿਸ ਥਾਣਾ ਸੇਖਵਾਂ 'ਚ ਸ਼ਿਕਾਇਤ ਵੀ ਦਰਜ ਕਰਾ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਹ ਲੁੱਟ ਦੀਆਂ ਵਾਰਦਾਤਾਂ ਆਏ ਦਿਨ ਹੋ ਰਹੀਆਂ ਨੇ ਅਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਵਾਰਦਾਤਾਂ 'ਤੇ ਨਕੇਲ ਕੱਸਣ ਦੀ ਲੋੜ ਹੈ। ਸਿਵਲ ਹਸਪਤਾਲ ਬਟਾਲਾ ਦੇ ਸਰਕਾਰੀ ਡਾਕਟਰ ਪਾਰਥ ਕੁਮਾਰ ਨੇ ਦੱਸਿਆ ਕਿ ਗੁਰਦੇਵ ਸਿੰਘ ਉਹਨਾਂ ਕੋਲ ਜ਼ਖਮੀ ਹਾਲਤ 'ਚ ਆਇਆ ਹੈ ਅਤੇ ਇਸ ਦਾ ਇਲਾਜ ਚੱਲ ਰਿਹਾ ਹੈ। ਗੁਰਦੇਵ ਸਿੰਘ ਕੀ ਹੋਇਆ ਕੀ? ਮੈਂ ਡੇਲੀ ਬੇਸ ਖੈਰਾ ਫਾਈਨੈਂਸ ਕੰਪਨੀ ਪ੍ਰਾਈਵੇਟ 'ਚ ਕੰਮ ਕਰਦਾ ਅਤੇ ਡੇਅਰੀ ਵਾਲ ਤੋਂ ਮੈਂ ਠੱਕਰ ਸੰਧੂ ਕਿਸ਼ਤਾਂ ਕੱਟ ਕੇ ਜਾ ਰਿਹਾ ਸੀ ਅਤੇ ਜਦੋਂ ਮੈਂ ਤਤਲੇ ਪਹੁੰਚਣ ਲੱਗਾ ਸੂਏ ਦੇ ਉੱਤੇ ਅਤੇ ਉੱਥੇ ਮੈਨੂੰ ਪਲਟੀਨਾ ਮੋਟਰਸਾਈਕਲ 'ਤੇ ਤਿੰਨ ਬੰਦੇ ਮਿਲੇ। ਮੈਨੂੰ ਨੰਬਰ ਕੋਈ ਨਹੀਂ, ਪਲੇਟ ਨੰਬਰ ਪਲੇਟ ਕੋਈ ਨਹੀਂ ਲੱਗੀ ਮੋਟਰਸਾਈਕਲ 'ਤੇ। ਉਹਨਾਂ ਪਿਸਤੌਲ ਵਿਖਾ ਲਿਆ ਅਤੇ ਗੋਲੀ ਮਾਰੀ, ਮੇਰੇ 'ਤੇ ਪੈਸੇ ਖੋ ਗਏ, ਫਰਾਰ ਹੋ ਗਏ। ਕਿੰਨੇ ਪੈਸੇ? 9000 ਰੁਪਈਆ। ਗੋਲੀ ਕਿੱਥੇ ਵੱਜੀ? ਪੈਰ 'ਤੇ ਵੱਜੀ ਅਤੇ ਇੱਕ ਸਿਰ 'ਤੇ ਸੱਟ ਵੱਜੀ। ਖਿੱਚ ਤੂੰ ਨਹੀਂ, ਖਾਲੀ ਪਿਸਟਲ ਸਿਰ 'ਚ ਮਾਰਿਆ ਨਾ। ਹਾਂਜੀ ਪੁਲਿਸ ਨੂੰ? ਹਾਂਜੀ, ਐਫ ਆਈ ਦਰਜ ਕਰਾਈ ਸੇਖ। ਦਲਵੀਰ ਸਿੰਘ ਮੇਰਾ ਨਾਮ ਹੈ ਜੀ। ਅੱਛਾ ਭਾਜੀ, ਕੀ ਹੋਇਆ, ਕੀ ਇਸ ਦਾ ਮਾਮਲਾ ਕੀ ਹੈ? ਮਾਮਲਾ ਸਾਡਾ ਖੈਰਾ ਫਾਈਨੈਂਸ ਕੰਪਨੀ ਦਾ ਇੰਪਲੋਈ ਆ ਇੱਕ, ਜਿਹੜਾ ਕਿ ਡੇਲੀ ਕਿਸ਼ਤਾਂ ਮਤਲਬ ਰਿਕਵਰੀ ਤੇ ਰਿਕਵਰੀ ਕਰਦੇ ਆ, ਤੇ ਠੱਕਰ ਸੰਧੂ, ਠੱਕਰ ਸੰਧੂ ਦੇ ਨੇੜੇ ਪਤਲੇ ਨੂੰ ਜਾਂਦੇ ਰਸਤੇ ਦੇ ਵਿੱਚ ਮੁਲਾਜ਼ਮ ਨਾਲ ਲੁੱਟ ਖੋ ਹੋਈ ਆ ਤੇ ਤਿੰਨ ਵਿਅਕਤੀ ਹੀ, ਤਿੰਨਾਂ ਬੰਦਿਆਂ ਨੇ ਮੂੰਹ ਫੇਸ ਕਵਰ ਕੀਤੇ ਹੋਏ ਸੀ, ਪਲੈਟੀਨਾ ਮੋਟਰਸਾਈਕਲ ਸੀ, ਉਹਦੀ ਨੰਬਰ ਪਲੇਟ ਕੋਈ ਨਹੀਂ ਸੀ, ਪਰ ਮੋਟਰਸਾਈਕਲ ਨਵਾਂ ਸੀ ਵੀ ਜਿੱਦਾਂ ਚੋਰੀ ਦਾ ਪਹਿਲਾਂ ਵੀ ਆਲਰੇਡੀ ਚੋਰੀ ਹੋਈ ਪਈ ਆ। ਬੰਦੇ ਦੇ ਕੋਲੋਂ ਪੈਸੇ ਖੋਹ ਕੇ ਉਹਦੇ ਪੈਰ ਦੇ ਉੱਤੇ ਸ਼ੂਟ ਕੀਤਾ, ਗੋਲੀ ਮਾਰੀ ਗਈ ਆ ਪੈਰ 'ਤੇ। ਫਿਰ ਜਦੋਂ ਭੱਜਣ ਲੱਗਾ, ਥੋੜ੍ਹਾ ਆਪਣੇ ਵੱਲੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਪੈਸਾ ਫੜਾ ਦਫੜੀ ਦੇ ਵਿੱਚ, ਅਤੇ ਰਿਵਾਲਵਰ ਦੀ ਬੈਕ ਸਾਈਡ ਜਿਹੜੀ ਉਹਦੀ ਸਿਰ ਦੇ ਉੱਪਰ ਮਾਰੀ ਗਈ ਆ। ਬਾਕੀ ਪੁਲਿਸ ਰਿਪੋਰਟ ਕੀਤੀ ਗਈ ਆ ਉੱਥੇ ਉਹਨਾਂ ਨੇ ਸੇਖਮੀ ਥਾਣੇ ਦੇ ਵਿੱਚ, ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵਾ ਵੀ ਅਸੀਂ ਪੂਰੀ ਤਹਿ ਤੱਕ ਪਹੁੰਚਾਂਗੇ। ਵੀਡੀਓ ਵਗੈਰਾ ਉਹਨਾਂ ਨੇ ਖੰਗਾਲੀਆਂ ਕਾਫੀ ਦੇਖਦੇ ਪਏ ਨੇ, ਵੀਡੀਓ ਜਿੱਥੇ ਜਿੱਥੇ ਕੈਮਰੇ ਲੱਗੇ ਪਏ ਸੀ। ਬਾਕੀ ਥੋੜ੍ਹਾ ਟਾਈਮ ਹੋ ਗਿਆ ਵਾ, ਹੁਣ ਬਹੁਤ ਜ਼ਿਆਦਾ ਲੁੱਟ ਖੋ ਹੋ ਚੁੱਕੀ ਆ, ਪਹਿਲਾਂ ਵੀ ਸਾਡੇ ਆ ਇੱਕ ਹਫ਼ਤੇ ਦੇ ਅੰਦਰ ਘੱਟੋ ਘੱਟ 4-5 ਮੁਲਾਜ਼ਮਾਂ ਨਾਲ ਇਸ ਤਰ੍ਹਾਂ ਹੋ ਚੁੱਕਿਆ ਵਾ, ਅਤੇ ਇਹੋ ਹੀ ਆਸ ਆ ਵੀ ਸ਼ਾਇਦ ਸਰਕਾਰ ਕਿਤੇ ਇਹਦੇ ਇਸ ਚੀਜ਼ ਵੱਲ ਵੀ ਧਿਆਨ ਦੇਵੇ ਵੀ ਸਾਡੇ ਜਿਹੜੇ ਡੇਲੀ ਦੇ ਰੁਜ਼ਗਾਰ ਦੇ ਪ੍ਰਤੀ ਆਪਣਾ ਕੰਮ ਕਰਦੇ ਪਏ ਆ, ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਮੈਂ ਡਾਕਟਰ ਪਾਰਥ। ਪੇਸ਼ੈਂਟ ਸਾਡੇ ਕੋਲ ਗੁਰਦੇਵ ਸਿੰਘ ਆਏ ਨੇ, 5 ਵਜੇ ਆਏ ਨੇ, ਅਤੇ ਪੈਰ 'ਤੇ ਸੱਟ ਲੱਗੀ ਇਹਨਾਂ ਦੇ, ਅਤੇ ਸਟੇਬਲ ਹੈ, ਵਾਈਟਲ ਸਟੇਬਲ ਨੇ, ਟ੍ਰੀਟਮੈਂਟ ਇਨੀਸ਼ੀਅਲ ਦੇ ਦਿੱਤੀ ਹੈ, ਬਾਕੀ ਸਰਜਨ ਓਪੀਨੀਅਨ ਦੇ ਬਾਅਦ ਆਪਾਂ ਬਾਕੀ ਡਿਕਲੇਅਰ ਕਰਾਂਗੇ। ਉਹ ਸਾਰਾ ਐਕਸਰੇ ਤੋਂ ਬਾਅਦ ਜਾਂ ਫਰਦਰ ਇਨਵੈਸਟੀਗੇਸ਼ਨ ਤੋਂ ਬਾਅਦ ਕਲੀਅਰ ਹੋਏਗਾ ਸਾਰਾ। ਹਾਂਜੀ, ਪੁਲਿਸ ਰਿਪੋਰਟ ਤਿਆਰ ਹੈ ਅਤੇ ਉਹ ਵੀ ਥੋੜ੍ਹੀ ਦੇਰ 'ਚ ਅੱਗੇ ਪੁਲਿਸ ਚੌਂਕੀ 'ਚ ਫੜਾ ਦਾਂਗੇ।